ਅਸੀਂ ਗਏ ਹੋਏ ਸੀ ਜਲੰਧਰ ਇਹਨਾਂ ਦਵਾਈ ਲੈਣ ਵਾਸਤੇ। 10-12 ਦਿਨ ਹੋ ਗਏ ਸੀ ਸਾਨੂੰ ਗਿਆ ਨੂੰ। ਰਾਤ ਨੂੰ ਅਸੀਂ ਦਵਾਈ ਲੈਣ, ਸਵੇਰੇ ਵਾਪਸ ਆਉਣਾ ਸੀ ਅਤੇ ਸਾਨੂੰ 7 ਵਜੇ ਫੋਨ ਆ ਗਿਆ ਵੀ ਤੁਹਾਡੇ ਚੋਰ ਵੀ ਗਏ। ਇਹ ਲਗਾਏ ਇੱਕ ਸਿਲੰਡਰ, ਇੱਕ LED ਅਤੇ ਬਾਕੀ ਥੋੜ੍ਹੇ ਚਾਂਦੀ ਦਾ ਸਮਾਨ। ਲਿਵਿੰਗ ਇੰਡੀਆ ਟੀਮ ਤੇ ਜਿਵੇਂ ਕਿ ਤੁਹਾਨੂੰ ਹਰ ਪਲ ਦੀ ਖਬਰ ਨਕੋਦਰ ਦੀ ਦਿਖਾਈ ਜਾ ਰਹੀ ਹੈ। ਜੇਕਰ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਚੋਰਾਂ ਦਾ ਰਾਜ, ਅਸੀਂ ਗਏ ਹੋਏ ਸੀ ਜਲੰਧਰ ਇਹਨਾਂ ਦਵਾਈ ਲੈਣ ਵਾਸਤੇ। 10-12 ਦਿਨ ਹੋ ਗਏ ਸੀ ਸਾਨੂੰ ਗਿਆ ਨੂੰ ਅਤੇ ਫਿਰ ਅੱਜ ਅਸੀਂ ਆ ਜਾਣਾ ਸੀ ਵਾਪਸ ਸਵੇਰੇ। ਰਾਤ ਨੂੰ ਅਸੀਂ ਦਵਾਈ ਲੈਂਦੇ, ਸਵੇਰੇ ਵਾਪਸ ਆਉਣਾ ਸੀ ਅਤੇ ਸਾਨੂੰ 7 ਵਜੇ ਫੋਨ ਆ ਗਿਆ ਵੀ ਤੁਹਾਡੇ ਚੋਰੀ ਹੋ ਗਈ। ਕੀ ਲੈ ਗਏ? ਇਹ ਲਗਾਏ ਇੱਕ ਸਿਲੰਡਰ, ਇੱਕ LED ਅਤੇ ਬਾਕੀ ਥੋੜ੍ਹੇ ਚਾਂਦੀ ਦਾ ਸਮਾਨ। ਕਿੰਨਾ ਕੁ ਨੁਕਸਾਨ, ਕਿੰਨਾ ਟੋਟਲ, ਕਿੰਨੇ ਕੁ ਇਹਦੀ ਅਮਾਊਂਟ ਹੋਊਗੀ? ਮੈਂ ਤਾਂ ਹੁੰਦਾ 300 ਦਾ ਇੱਕ ਸਿੱਕਾ ਆਉਂਦਾ, ਜਿਸ ਤਰ੍ਹਾਂ 2-3 ਹਜ਼ਾਰ ਦਾ। ਟੋਟਲ ਕਿੰਨਾ ਕੁ ਨੁਕਸਾਨ ਹੋਇਆ ਹੋਊ? ਆਈਡੀਆ ਇੰਨਾ ਕਿ 50,000 ਦਾ। 50,000 ਦਾ, ਹਾਂਜੀ। ਤੇ ਇਹ ਜਿਹੜੇ ਚੋਰ ਆਏ ਹੈਗੇ ਆ, ਕੋਈ CCTV ਕੈਮਰੇ ਵਗੈਰਾ ਲੱਗੇ ਆਪਣੇ? ਨਹੀਂ। ਅੱਛਾ ਜੀ, ਪੁਲਿਸ ਨੂੰ ਕੰਪਲੇਂਟ ਕਰਤੀ? ਅਸੀਂ ਉੱਥੇ ਗਏ ਸੀ, ਇਹਨਾਂ ਨੇ ਪੁੱਛੋ ਕੀਤੀ, ਆਈ ਸੀ ਪੁਲਿਸ। ਅੱਛਾ ਜੀ, ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਵੀ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ, ਵੀ ਪਤਾ ਲੱਗਣਾ ਚਾਹੀਦਾ ਵੀ ਕੌਣ ਸੀ। ਕਿਹੜਾ ਮਹੱਲਾ ਆਪਣਾ? ਜਲੋਟਿਆ ਮਹੱਲਾ। ਗੱਲਬਾਤ ਇਹ ਆ ਜੀ, ਮੈਂ ਬਿਮਾਰ ਹਾਂ, ਜਲੰਧਰ ਦਵਾਈ ਲੈਣ ਗਏ ਸੀਗੇ ਅਤੇ ਇੱਥੇ ਕੋਈ ਨਹੀਂ ਸੀਗਾ, ਤਾਂ ਲੜਕੀ ਉਹ ਚਾਹੀਦੇ ਸੀਗੇ 8-10 ਦਿਨ ਹੋ ਗਏ ਸੀਗੇ ਅਤੇ ਮਗਰ ਚੋਰਾਂ ਨੇ ਮਗਰ ਤਾਰੂ ਲਗਾ ਹੋ ਗਏ, ਚੋਰੀ ਹੋ ਗਈ। ਸਵੇਰੇ ਫੋਨ ਗਿਆ, ਹੁਣ ਅਸੀਂ ਆਏ ਹਾਂ, ਅਸੀਂ ਪਤਾ ਲੱਗਦਾ ਵੀ ਚੋਰੀ ਹੋ ਗਈ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਇੱਕ LCD ਹੈ ਜੀ, ਵੇਖਣ ਦੇ ਮੁਤਾਬਕ ਇੱਕ ਦੂਜਾ ਸਿਲੰਡਰ ਹੈ ਨਹੀਂ ਗਾ, ਛੋਟੀਆਂ ਚੀਜ਼ਾਂ ਤਾਂ ਇਹੀ ਆ, ਬਾਕੀ ਸੋਨਾ ਚਾਂਦੀ ਕੋਈ? ਚਾਂਦੀ ਦੇ ਸਿੱਕੇ ਹੈਗੇ 5-7 ਤੇ ਨਗਦੀ ਕੋਈ? ਇਹਦੀ ਕੰਪਲੇਂਟ ਕਰਤੀ ਪੁਲਿਸ ਨੂੰ? ਪੁਲਿਸ ਨੂੰ ਹਲੇ ਕਰਨੀ ਆ, ਕਰਾਉਣੀ ਆ, ਪਰ ਗੇੜਾ ਕੱਢ ਗਿਆ। CCTV ਕੈਮਰੇ ਵਗੈਰਾ ਲੱਗੇ ਕੋਈ? ਹੁਣ ਤੁਸੀਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ? ਮੰਗ ਕਰਦੇ ਆ ਚੋਰਾਂ ਨੂੰ ਫੜਿਆ ਜਾਵੇ। ਬਹੁਤ ਮਾੜੀ ਘਟਨਾ ਹੈ, ਕਿਉਂਕਿ ਸ਼ਹਿਰਾਂ ਦੇ ਵਿੱਚ ਲਗਾਤਾਰ ਇਸ ਜਲੋਟਿਆ ਮਹੱਲੇ ਵਿੱਚ ਤਾਂ ਆਵਾਜਾਈ ਰਹਿੰਦੀ ਆ, ਪਰ ਫਿਰ ਵੀ ਜਿਹੜਾ ਇਹ ਨੁਕਸਾਨ ਹੋਇਆ, ਇਹ ਚੋਰੀ ਹੋਈ ਹੈ, ਬਹੁਤ ਮਾੜੀ ਹੈ। ਪਹਿਲਾਂ ਇਹ ਨਿੰਦਣ ਯੋਗ ਆ ਜੀ, ਔਰ ਮੇਰਾ ਖਿਆਲ ਆ ਵੀ ਇੱਦਾਂ ਦੀਆਂ ਵਾਰਦਾਤਾਂ ਨਕੋਦਰ ਦੇ ਅੰਦਰ ਹੁੰਦੀਆਂ ਰਹਿੰਦੀਆਂ ਹੈਗੀਆਂ, ਪਰ ਪ੍ਰਸ਼ਾਸਨ ਨੂੰ ਇਹਦੇ ਬਾਰੇ ਜ਼ਰੂਰ ਗੌਰ ਕਰਨੀ ਚਾਹੀਦੀ ਆ, ਔਰ ਇਹਦੇ ਨਾਲ ਜਿੱਥੇ ਨਕੋਦਰ ਦਾ ਨਾਮ ਬਦਨਾਮ ਹੁੰਦਾ ਉੱਥੇ ਪ੍ਰਸ਼ਾਸਨ ਦਾ ਨਾਮ ਵੀ ਬਦਨਾਮ। ਦਿਲ ਸਾਹਿਬ ਬਾਹਰ ਤਾਂ ਚੋਰ ਗੱਲ, ਇਹ ਨਿੰਦਣ ਯੋਗ ਗੱਲ ਹੈਗੀ ਆ ਵੀ ਇਹੋ ਜਿਹੇ ਘੁੱਟਵੇਂ ਮਹੱਲੇ ਜਿਹੜੇ ਹੈਗੇ ਆ, ਚਲੋ ਕਲੋਨੀਆਂ ਦੇ ਵਿੱਚ ਤਾਂ ਮਤਲਬ ਕਿ ਆਵਾਜਾਈ ਜਿਹੜੀ ਹੁੰਦੀ ਹੈ ਘੱਟ ਹੁੰਦੀ, ਇੱਥੇ ਤਾਂ ਲਗਭਗ ਆਵਾਜਾਈ ਜ਼ਿਆਦਾ ਹੈਗੀ ਆ, ਔਰ ਜਿਹੜੇ ਚੋਰਾਂ ਦੇ ਜਿਹੜੇ ਹੌਸਲੇ ਬੁਲੰਦ ਹੋਏ ਆ, ਔਰ ਇਹਨਾਂ ਦੇ ਨੱਥ ਰੱਖਣੀ ਚਾਹੀਦੀ ਹੈ। ਕੀ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਇਫੀਸ਼ੈਂਟਲੀ ਜਿਹੜਾ ਹੈਗਾ ਆ, ਇਹ ਜਿਹੜਾ ਚੋਰ ਜਿਹੜੇ ਲੱਭੇ ਜਾਣ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮਹੱਲਿਆਂ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਆ, ਇਹ ਖਤਮ ਹੋਣਾ ਚਾਹੀਦਾ ਹੈ। ਨਕੋਦਰ ਦੇ ਜਲੋਟਿਆ ਮਹੱਲੇ ਦੇ ਵਿੱਚ ਖੜੇ ਹਾਂ, ਆਹ ਘਰ ਹੈਗਾ ਵਾ ਜਿੱਥੇ ਕਿ ਚੋਰਾਂ ਨੇ ਇਸ ਘਰ ਨੂੰ ਨਿਸ਼ਾਨਾ ਬਣਾਇਆ, ਜਿੱਥੇ ਕਿ ਚੋਰਾਂ ਵੱਲੋਂ ਜਿਹੜਾ ਹੈਗਾ ਵਾ ਚਾਂਦੀ ਦੇ ਸਿੱਕੇ, ਇੱਕ ਸਿਲੰਡਰ ਅਤੇ ਇੱਕ LCD
ਚੋਰ ਚੋਰੀ ਕਰਕੇ ਫਰਾਰ ਹੋ ਚੁੱਕੇ ਨੇ। ਇਸ ਦੇ ਸੰਬੰਧ ਵਿੱਚ ਜਿਹੜੇ ਘਰ ਦੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਗਈ ਆ, ਪਰ ਸੀਸੀਟੀਵੀ ਕੈਮਰੇ ਜਿਹੜੇ ਨਹੀਂ ਲੱਗੇ, ਇਸ ਕਰਕੇ ਜਿਹੜੇ ਚੋਰਾਂ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਨਹੀਂ ਆ ਸਕੀਆਂ। ਕੈਮਰਾ ਪਰਸਨ ਦੇ ਨਾਲ ਪੁਨੀਤ ਅਰੋੜਾ, ਲਿਵਿੰਗ ਇੰਡੀਆ ਨਿਊਜ਼, ਨਕੋਦਰ।